ਤੁਹਾਡਾ ਇਹ ਹੈ ਕਿ ਉੱਥੇ ਨਾ ਫੁੱਲ ਰਸ਼ ਪਿਆ ਹੋਇਆ ਵਾ, ਸਵਾਰੀਆਂ ਚੜੀਆਂ ਹੋਈਆਂ ਇੱਕ ਦੂਜੇ ਦੇ ਉੱਤੇ, ਅਤੇ ਤੁਸੀਂ ਉੱਥੇ ਚਾਹ ਲਿਓ। ਹੈਲੋ, ਅਸਲਾਮ ਵਾਲੇਕੁਮ ਐਵਰੀਵਨ, ਥਿਸ ਇਜ਼ ਮੀ ਉਮਰ ਸਈਦ ਫਰੋਮ ਪਾਕਿਸਤਾਨ, ਸ਼ਹਿਰ ਲੈਲਪੁਰ 'ਚੋਂ। ਤੁਹਾਡਾ ਆਪਣਾ ਵੀਰ ਅਤੇ ਮੇਰੇ ਨਾਲ ਹੈ ਜੀ ਆਸਮ ਅੰਸਾਰੀ, ਉਮਰੇ ਤੋਂ ਆਇਆ, ਅੱਜ ਵੇਖ ਰਹੇ ਹੋ। ਹਾਂਜੀ, ਇਹ ਦੇਖੋ। ਅਤੇ ਦੋਸਤੋ, ਅੱਜ ਅਸੀਂ ਪ੍ਰੈਂਕ ਕਾਲ ਕਰਨ ਜਾ ਰਹੇ ਹਾਂ, ਥੰਬਨੇਲ ਦੇ ਵਿੱਚ ਤੁਸੀਂ ਵੇਖ ਹੀ ਲਿਆ ਹੋਣਾ ਵਾ, ਠੀਕ ਆ। ਅਤੇ ਅਦੀਲ ਮੁਰਤਜ਼ਾ ਨੂੰ ਤੰਗ ਕਰਨ ਲੱਗੇ ਹਾਂ, ਪਤਾ ਨਹੀਂ ਕੀ ਕਰ ਰਿਹਾ ਹੋਣਾ ਇਸ ਟਾਈਮ, ਅਤੇ ਉਹਨੂੰ ਕਾਲ ਕਰਕੇ ਥੋੜ੍ਹਾ ਸ਼ੁਗਲ ਮੇਲਾ ਲਾਉਂਦੇ ਹਾਂ ਅਤੇ ਚੈੱਕ ਕਰਿਓ ਜ਼ਰਾ। ਅਸਲਾਮ ਵਾਲੇਕੁਮ। ਕਿਆ ਹਾਲ ਚਾਲ ਹੈ ਅਦੀਲ ਭਾਈ, ਠੀਕ ਠਾਕ ਹੈ? ਸ਼ੁਕਰ ਅੱਲਾਹ ਦਾ ਭਾਈ ਜਾਨ, ਦੁਆਏ। ਕਿਆ ਹੋ ਰਿਹਾ ਥਾ? ਸਭ ਆਫੀਅਤ ਹੈ ਭਾਈ ਜਾਨ। ਸ਼ੋਪਿੰਗ ਵਗੈਰਾ ਕਰ ਲਈ ਭਾਈ ਨੇ? ਭਾਈ ਸ਼ੋਪਿੰਗ ਨੇ ਕੀ ਕਰਨੀ, ਇਹਨੂੰ ਵੱਡੇ ਤੇ ਇੰਨੇ ਗਿਫਟ ਹੋ ਗਏ, ਦਿਲੇ ਗਰੇ 5 ਸਾਲ ਸ਼ੋਪਿੰਗ ਹੀ ਨਾ ਕਰੇ। ਆਸਮ ਬੈਠਾ ਹੋਇਆ ਸਾਥ, ਕੀ ਹਾਲ ਨੇ? ਠੀਕ ਠਾਕ ਆ, ਦੂਸਰਾ ਵਾਪਸ ਕਰ ਦੇਣਾ ਸੀ ਦੀਲ ਭਾਈ, ਸਿਆਣਾ ਸਿਆਣਾ ਸ਼ੇਖ ਆ ਨਾ, ਜਿੰਨੇ ਵੀ ਪਸੰਦ ਨਹੀਂ ਆਏ ਸਾਰੇ ਵਾਪਸ ਕਰਾ। ਵੈਰੀ ਗੁੱਡ ਹੋ ਗਿਆ, ਮੋਜਾਂ ਲੱਗੀਆਂ ਹੋਈਆਂ ਭਾਈ ਤੇਰੀਆਂ। ਹਾਂਜੀ, ਫੈਸਲਾਬਾਦ ਹੀ ਬੈਠੇ ਸੀ ਯਾਰ, ਮੈਂ ਕਿਹਾ ਗੱਲ ਕਰਨ ਨਾਲ ਬੜਾ ਦਿਲ ਕਰ ਰਿਹਾ, ਨਾਲੇ ਇੱਕ ਕੰਮ ਵੀ ਸੀ ਛੋਟਾ ਜਿਹਾ। ਆਰਡਰ ਲਓ ਸਰ। ਤੇ ਬਸ ਆਰਡਰ ਤੇ ਕੋਈ ਨਹੀਂ, ਮੁਬਾਰਕਬਾਦ ਦੇਣੀ ਸੀ ਤੁਹਾਨੂੰ, ਗੁੱਡ ਨਿਊਜ਼ ਹੈ। ਪ੍ਰੋਡਿਊਸਰ ਆ ਪਾਕਿਸਤਾਨ ਦਾ, ਬਣਨਾ ਵਾ ਓਹਦਾ ਨਾਮ ਆ ਛੋਟਾ ਨਾਨਾ। ਬੜਾ ਨਾਮ ਇੰਡਸਟਰੀ ਦੇ ਵਿੱਚ ਉਹਦਾ, ਨਾ ਰੀਅਲ ਨਾਮ ਤੇ ਪਤਾ ਨਹੀਂ ਕੀ ਆ, ਲੇਕਿਨ ਜਿਹੜਾ ਉਹਦਾ ਸ਼ੋਅ ਬਿਜ਼ ਦਾ ਨਾਮ ਆਇਆ ਵਾ ਛੋਟਾ ਨੰਨਾ। ਛੋਟਾ ਨੰਨਾ? ਹਾਂਜੀ। ਅੱਛਾ, ਕੀ ਕਹਿੰਦੇ ਨੇ ਨੰਨਾ ਸਾਹਿਬ? ਉਹ ਭਾਈ ਉਹਨੇ ਤੁਹਾਡੀਆਂ ਵੀਡੀਓ ਵਗੈਰਾ ਦੇਖੀਆਂ ਵਾ, ਤੇ ਹੋਰ ਮੈਸੇਜ ਵਗੈਰਾ ਤੁਹਾਨੂੰ ਕਰਦੇ ਰਹੇ ਇੰਸਟਾ ਤੇ, ਤੁਸੀਂ ਪਤਾ ਨਹੀਂ ਦੇਖੇ ਨਹੀਂ ਜਾਂ ਰਿਪਲਾਈ ਨਹੀਂ ਕੀਤਾ, ਤੇ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਸੀ। ਮੈਂ ਖੋਲੇ ਤੇ ਨਹੀਂ ਮੇਰੇ ਕਦੇ ਕੋਈ। ਹਾਂਜੀ, ਉਹ ਆਇਆ ਹੋਣਾ, ਤੁਹਾਨੂੰ ਲਾਜ਼ਮੀ ਦੇਖਿਓ। ਤੇ ਉਹਨਾਂ ਨੇ ਤੁਹਾਡੀਆਂ ਨਾ ਸੈਡ ਵੀਡੀਓਜ਼ ਦੇਖੀਆਂ ਸੀ, ਕਾਫੀ ਇੰਪ੍ਰੈਸ ਹੋਏ ਆ ਉਹ। ਸੈਡ ਵੀਡੀਓਜ਼? ਹਾਂਜੀ। ਤੇ ਉਹ ਇਸੇ ਵਜ੍ਹਾ ਤੋਂ ਇੰਪ੍ਰੈਸ ਹੋ ਗਏ ਨਾ, ਤੁਹਾਨੂੰ ਕਾਮੇਡੀ ਫਿਲਮ ਦੇ ਵਿੱਚ ਲੈਣਾ ਚਾਹ ਰਹੇ ਹੋ। ਮਤਲਬ ਪਤਾ ਨਹੀਂ ਉਹਨਾਂ ਕੋਈ ਤੁਹਾਡੇ ਚੀਜ਼ ਦੇਖੀ ਆ ਕਿ ਤੁਸੀਂ ਇਹ ਐਕਟ ਵੀ ਕਰ ਸਕਦੇ ਹੋ, ਇਸ ਵਜ੍ਹਾ ਤੇ ਉਹਨਾਂ ਨੇ ਤੁਹਾਨੂੰ ਸਿਲੈਕਟ ਕੀਤਾ ਵਾ। ਅੱਛਾ, ਸਹੀ ਸਹੀ। ਤੇ ਪ੍ਰੋਡਕਸ਼ਨ ਕਿੱਥੇ ਦੀ ਹੈ, ਕਰਾਚੀ ਦੀ ਹੈ ਜਾਂ ਲਾਹੌਰ ਦੀ ਹੈ? ਪ੍ਰੋਡਕਸ਼ਨ ਹੈਗੀ ਆਪਣਾ ਦੀਲ ਭਾਈ ਬਲੋਚਿਸਤਾਨ ਦੀ ਆ। ਮੈਂ ਸੁਬਹ ਕਾਲ ਕਰਨੀ ਸੀ, ਮੈਂ ਕਿਹਾ ਚਲੋ ਰਾਤ ਨੂੰ ਫ੍ਰੀ ਹੋ ਗਏ ਨਾ, ਤੁਹਾਨੂੰ ਡਿਟੇਲ ਦੇ ਨਾਲ ਸਾਰੀ ਗੱਲ ਸਮਝਾਵਾਂਗਾ। ਅੱਛਾ, ਹਾਂਜੀ। ਮੈਂ ਬਸ ਰਹਿ ਗਏ, ਬਾਕੀ ਤੇ ਸਾਰੀ ਸਿਲੈਕਸ਼ਨ ਹੋ ਗਈ ਆ ਉਹਨਾਂ ਦੀ। ਬਜਟ ਦਾ ਤੇ ਫਿਲਹਾਲ ਤੇ ਕੋਈ ਨੀ ਅਦੀਲ ਭਾਈ, ਪਹਿਲੇ ਤੁਸੀਂ ਕਦੀ ਫਿਲਮ ਕੀਤੀ ਕੋਈ? ਕਿਸੇ ਯਾਰਾਂ ਦੋਸਤਾਂ ਨਾਲ ਕੀਤੀ ਹੋਵੇ ਫਿਲਮ? ਮੈਨੂੰ ਨਹੀਂ ਸੀ ਪਤਾ, ਮੈਂ ਵੀ ਕਰਵਾ ਰਿਹਾ 3500 ਰੁਪਿਆ। ਨਹੀਂ ਨਹੀਂ ਦੀਲ ਭਾਈ, ਕੋਈ ਮਜ਼ਾਕ ਨਹੀਂ ਕਰ ਰਹੇ, ਯਕੀਨ ਕਰੋ। ਮੈਂ ਤੁਹਾਨੂੰ ਉਹਦਾ ਨੰਬਰ ਵੀ ਦਾਂਗਾ, ਪਹਿਲੇ ਮੈਂ ਕਿਹਾ ਤੁਹਾਡੇ ਨਾਲ ਡਿਸਕਸ ਕਰ ਲਾਂ, ਤੁਹਾਡੇ ਕੋਲ ਮਤਲਬ ਕਨਫਰਮ ਕਰ ਲਾਂ, ਫਿਰ ਮੈਂ ਤੁਹਾਡਾ ਨੰਬਰ ਉਹਨੂੰ ਦਾਂਗਾ। ਮੇਰੀ ਗੱਲ ਸੁਣੋ, ਇਹ ਨਾ ਬਾਕੀ ਰੂਲ ਹੁੰਦਾ, ਮੈਨੂੰ ਨਹੀਂ ਸੀ ਇਸ ਚੀਜ਼ ਦਾ ਆਈਡੀਆ ਹੈ, ਲੇਕਿਨ ਤੁਸੀਂ ਕਿਸੇ ਨੂੰ ਪੁੱਛ ਸਕਦੇ ਹੋ ਕਿ ਤੁਹਾਨੂੰ ਇੰਟਰ ਹੋਣ ਵਾਸਤੇ ਨਾ ਸ਼ੋਅ ਬਿਜ਼ ਦੇ ਵਿੱਚ ਥੋੜ੍ਹੀ ਜਿਹੀ ਲਾਉਣੀ ਪੈਂਦੀ ਹੈ।
हाँ जी तो ये तुसी बस औखा सौखा हो गए करके तो एक काम करना ताड़ा ही फ्यूचर बनना वा अगे टैलेंट ताड़े को माशाल्लाह पहले ही आया वा बस कोई प्लेटफॉर्म चाहिए तुहानू प्रोजेक्ट अपना है दिल भाई इदो बाद उन्होंने शुरू करना वा तो तकरीबन दो महीने ना आपां नू बलोचिस्तान रहना पैना वा जाके हाँ जी मूवी बड़ी हिट जाएगी मैं क्योंकि वो स्टोरी बोर्ड ओदी सारी पढ़ी है मैं ते मैनू लग रहा है कि बहुत हिट जाएगी फिल्म ओदी उन्होंने वो प्रमोशन ही बहुत करनी है लेकिन अदील लेकिन अदील भाई खुद बड़ी इन्वेस्ट कर रहे हैं बड़े पैसे ला रहे हैं तो ये तो सिर्फ रजिस्ट्रेशन कागजी कार्रवाई रोल ये है कि पहले सब तो पहले तो जी उन्होंने रिक्वायरमेंट है ये कि तुसी दो महीने ना बलोचिस्तान आन के रहना वा सैट ते आसम नू लै रहे फिल्म दे विच वीरे मेरी गल सुन ला तेनू बहुत वड्डी फिल्म दे विच लै रहे हैं 2 लाख ते बहुत वड्डी फिल्म दे 2 लाख रुपए मेरे को लै रहे ने ते वीरे तेनू करोड़ा आना फिर करोना आना पुत्र करोना नहीं आना अच्छा दिल भाई ਉਹਨਾਂ ਦੀ ਰਿਕੁਆਇਰਮੈਂਟ ਇਹ ਆ ਪਹਿਲੀ ਕਿ ਤੁਸੀਂ 2 ਮਹੀਨੇ ਉੱਥੇ ਰਹਿਣਾ ਵਾ ਉੱਥੇ ਜਿੱਥੇ ਉਹਨਾਂ ਦਾ ਸੈੱਟ ਲੱਗਾ ਨਾ ਉਹਦੇ ਨਾਲ ਹੀ ਕੋਈ ਹੋਟਲ ਆ ਉੱਥੇ ਤੁਸੀਂ ਰਹਿਣਾ ਆਪਣੇ ਪੱਲੇ ਉਹ ਖਰਚਾ ਕਰਨਾ ਵਾ ਖਾਣਾ ਪੀਣਾ ਸਾਰਾ ਕੁਝ ਆਪਣੇ ਪੱਲੇ ਹੋਣਾ ਉੱਥੇ ਤੇ ਯਾਰ ਤੂੰ ਮੇਰੀ ਤਰ੍ਹਾਂ ਉਹਨਾਂ ਨੂੰ ਇਹ ਚੀਜ਼ ਨਹੀਂ ਕਹਿੰਦਾ ਕੀ ਐਨ ਓ ਨੋ ਨਹੀਂ ਨਹੀਂ ਕਰਨੀ ਪੈਣੀ ਰੀਲ ਭਾਈ ਪਤਾ ਕੀ ਉਹਨੇ ਬੜੇ ਨਾ ਮਤਲਬ ਮਾਨ ਨਾਲ ਮੈਨੂੰ ਫੋਨ ਕੀਤਾ ਵਾ ਤੇ ਬੜੇ ਰੈਫਰੈਂਸ ਉਹਨੇ ਪਾਏ ਆ ਮੈਂ ਕਿਹਾ ਕੋਈ ਨਹੀਂ ਮੈਂ ਕਰਵਾ ਦੇਣਾ ਦੀਲ ਭਾਈ ਨੂੰ ਕਹਿ ਕੇ ਨਾ ਨਹੀਂ ਯਾਰ ਉਹ ਮਾਰੇ ਕਿੱਥੇ 2 ਮਹੀਨੇ ਰਹਿ ਜਾਣਾ ਹੈ ਘਰੋਂ ਬਾਹਰ ਜਾ ਕੇ ਤੇ ਉੱਥੇ ਰਹੀਏ ਵੀ ਬਲੋਚਿਸਤਾਨ ਲੇਕਿਨ ਇੱਜ਼ਤ ਦਾ ਵੀ ਖਤਰਾ ਰਹੇ ਨਹੀਂ ਨਹੀਂ ਕੋਈ ਖਤਰਾ ਨਹੀਂ ਸਿਕਿਉਰਿਟੀ ਆਪਾਂ ਨੂੰ ਪੂਰੀ ਮਿਲੇਗੀ ਦੀਲ ਭਾਈ ਉੱਥੇ ਬਸ ਆਪਣਾ ਕੰਮ ਅਸੀਂ ਆਪਣੇ ਕੰਮ ਵੱਲ ਫੋਕਸ ਕਰਨਾ ਵਾ ਆਪਣੀ ਐਕਟਿੰਗ ਉਹਨਾਂ ਨੂੰ ਦੇਣੀ ਆ ਬਸ ਉਹਦਾ ਸਾਨੂੰ ਫਲ ਮਿਲਣਾ ਤੇ ਹੁਣ ਇਸ ਗੱਲ ਤੇ ਚਲੋ ਇਹ ਪਹਿਲੀ ਰਿਕੁਆਇਰਮੈਂਟ ਤੇ ਆ ਹੋ ਗਈ ਠੀਕ ਆ ਤੇ ਬਾਕੀ ਉੱਥੇ ਜਿਹੜੀ ਆਪਣੇ ਉਹਨਾਂ ਰੋਲ ਦੇਣੇ ਉਹਨਾਂ ਨੇ ਸਾਨੂੰ ਉਹ ਅਸੀਂ ਅਦਾ ਕਰਕੇ ਤੇ ਵਾਪਸ ਅੱਲਾ ਖੈਰ ਸੱਲਾ ਰੋਲ ਇਸ ਤਰ੍ਹਾਂ ਵਾ ਕਿ ਉਹਨਾਂ ਨੇ ਹੀਰੋ ਤੇ ਤੁਹਾਨੂੰ ਨਹੀਂ ਲਿਆ ਉਹ ਮੈਨੂੰ ਲਿਆ ਲਿਆ ਉਹਨਾਂ ਨੇ ਤੇ ਤੁਹਾਡਾ ਉਹਨਾਂ ਨੇ ਰੋਲ ਰੱਖਿਆ ਫਿਲਮ ਦੀ ਓਪਨਿੰਗ ਦੇ ਵਿੱਚ ਸਟਾਰਟਿੰਗ ਦੇ ਵਿੱਚ ਹਾਂਜੀ ਮਤਲਬ ਤੁਹਾਨੂੰ ਪਤਾ ਫਿਲਮ ਦੇ ਸਾਲਾਂ ਸਾਲ ਲੱਗ ਜਾਂਦੇ ਦੀਲ ਭਾਈ ਸ਼ਾਹਰੁਖ ਖਾਨ ਦੀ ਫਿਲਮ ਨੂੰ ਕਿੰਨੇ ਸਾਲ ਲੱਗ ਜਾਂਦੇ ਫਿਲਮ ਤੁਸੀਂ ਦੇਖੀ ਸ਼ਾਹਰੁਖ ਖਾਨ ਦੀ ਫਿਲਮ ਦੇਖੀ ਦਿਲ ਵਾਲੇ ਨਹੀਂ ਨਹੀਂ ਇਹ ਛੋਟਾ ਹੁੰਦਾ ਸੀ ਉਦੋਂ ਇਹਨੇ ਸਾਈਨ ਕੀਤੀ ਸੀ ਇਹ ਫਿਲਮ ਅੱਛਾ ਤੇ ਬਾਕੀ ਤੁਹਾਡਾ ਰੋਲ ਥੋੜਾ ਜਿਹਾ ਉਹਨੇ ਮੈਨੂੰ ਦੱਸਿਆ ਸੀਗਾ ਉਹ ਮੈਂ ਤੁਹਾਨੂੰ ਸਮਝਾ ਦਿੰਦਾ ਵਾ ਠੀਕ ਆ ਰੋਲ ਤੁਹਾਡਾ ਅਦੀਲ ਭਾਈ ਇਹ ਆ ਕਿ ਤੁਸੀਂ ਹੈ ਨਾ ਉੱਥੇ ਬਲੋਚਿਸਤਾਨ ਦੇ ਵਿੱਚ ਉਹਨਾਂ ਨੇ ਮਸਨੂਈ ਇੱਕ ਸਟੇਸ਼ਨ ਬਣਾਇਆ ਵਾ ਸਿਰਫ ਸ਼ੂਟਿੰਗ ਵਾਸਤੇ ਹਾਂਜੀ ਤੇ ਉੱਥੇ ਮਤਲਬ ਮੁਖਤਲਿਫ ਰੋਲ ਦੇਣੇ ਸਾਰਿਆਂ ਨੂੰ ਤੁਹਾਡਾ ਜਿਹੜਾ ਰੋਲ ਆ ਤੁਹਾਡਾ ਇਹ ਆ ਕਿ ਉੱਥੇ ਨਾ ਫੁੱਲ ਰਸ਼ ਪਿਆ ਹੋਇਆ ਵਾ ਸਵਾਰੀਆਂ ਚੜੀਆਂ ਹੋਈਆਂ ਇੱਕ ਦੂਜੇ ਦੇ ਉੱਤੇ ਤੇ ਤੁਸੀਂ ਉੱਥੇ ਚਾਹ ਲਿਓ ਹਾਂਜੀ ਮਤਲਬ ਤੁਹਾਡਾ ਰੋਲ ਹੈ ਕਿ ਤੁਸੀਂ ਮਤਲਬ ਨਾ ਗੈਟਰ ਵੀ ਤੁਹਾਡਾ ਇਹ ਦਿਖਾਇਆ ਕਿ ਤੁਸੀਂ ਪਹਿਲੇ ਰੋਲ ਤੋਂ ਹੀ ਤੁਸੀਂ ਪਿੱਕ ਹੋ ਜਾਓ ਹਾਂਜੀ ਤੁਸੀਂ ਚਾਹ ਲਿਓ ਤੇ ਇੱਧਰ ਨਾ ਤੁਸੀਂ ਪਸੀਨੋ ਪਸੀਨੀ ਹੋਏ ਹੋਏ ਹੋ ਰੁਮਾਲ ਨਾਲ ਮਤਲਬ ਚਾਹ ਵੀ ਬਣਾ ਰਹੇ ਹੋ ਤੇ ਆਪਣਾ ਪਸੀਨਾ ਸਾਫ ਕਰ ਰਹੇ ਹੋ ਇੱਧਰੋਂ ਤੁਸੀਂ ਵੇਖਦੇ ਹੋ ਟ੍ਰੇਨ ਆ ਰਹੀ ਆ ਟ੍ਰੇਨ ਆ ਰਹੀ ਆ ਤੇ ਤੁਸੀਂ ਤੁਹਾਡੀ ਨਜ਼ਰ ਪੈਂਦੀ ਆ ਟ੍ਰੇਨ ਵੱਲ ਕਿ ਟ੍ਰੇਨ ਦਾ ਟਾਈਮ ਹੋ ਗਿਆ ਟ੍ਰੇਨ ਆ ਰਹੀ ਹੈ ਤੁਸੀਂ ਚਾਹ ਛੱਡ ਕੇ ਨਾ ਤੇ ਖੱਪ ਪਾਣੀ ਸ਼ੁਰੂ ਕਰ ਦੇਣੀ ਆ ਕਿ ਚਲੋ ਚਲੋ ਗਾੜੀ ਆ ਗਈ ਸਾਰੇ ਬੈਠ ਜਾਓ ਚਲੋ ਚਲੋ ਗਾੜੀ ਆ ਗਈ ਸਾਰੇ ਬੈਠ ਜਾਓ ਬਸ ਇਹੀ ਰੋਲ ਆ ਤੁਹਾਡਾ ਤੁਸੀਂ ਦੋਵੇਂ ਨਾ
2 lakh रुपए रोल दें दे थोड़ा बस हुण तुहाडे अच्छे दिन समझ लो शुरू हो गए। हां लखा रुपया तुहानू देना पैणा फिर तुहानू कक्का कख भी नहीं आना यार दीन ने 10 मिनट बड़ी मुश्किल देने क्योंकि बिजी बंदा कदे नू डोली दा फोन कदे नू आसमा डोल दा फोन कदे नू किदा फोन तानू किदा पता लगा ठीक हो गया। थैंक यू सो मच अतील भाई। तो दोस्तों ये था छोटा सा शुगल अतील भाई के साथ। तो नेक्स्ट प्रैंक किस पे करें कमेंट बॉक्स में बताएं और साथ टॉपिक लाजमी बताएं ताकि हम उसको ना उसके 10-15 मिनट ज़ाया करें। ठीक है, इस तरह के प्रैंक देखने के लिए और हमारे जो न्यू सॉन्ग आ रहे हैं वो देखने के लिए इस चैनल को सब्सक्राइब करें। थैंक यू सो मच।